ਜਦੋਂ ਤੋਂ ਮਾਨ ਸਾਹਿਬ ਦੀ ਸਰਕਾਰ ਨੇ ਐਂਟੀ ਸੋਸ਼ਲ ਐਲੀਮੈਂਟਸ ਦੇ ਖਿਲਾਫ ਖਾਸ ਕਰ ਗੈਂਗਸਟਰ ਦੇ ਖਿਲਾਫ ਇੱਕ ਮੁਹਿੰਮ ਵੱਡੀ ਆ ਇਹਨਾਂ ਦੇ ਸਫਾਏ ਲਈ ਇਹਨਾਂ ਦੇ ਖਾਤਮੇ ਲਈ ਉਸ ਦਿਨ ਤੋਂ ਇਹਨਾਂ ਦੀਆਂ ਜਿਹੜੀ ਫਰਸਟ੍ਰੇਸ਼ਨ ਹੈ ਉਹ ਵੱਧਦੀ ਜਾ ਰਹੀ ਹੈ ਔਰ ਇਸ ਫਰਸਟ੍ਰੇਸ਼ਨ ਦਾ ਨਤੀਜਾ ਹੈ ਵੀ ਇਹ ਸਰਹਾਲੀ ਵਿਖੇ ਇਹਨਾਂ ਨੇ ਇੱਕ ਪੁਲਿਸ ਸਟੇਸ਼ਨ ਤੇ ਜਿਹੜਾ ਅਟੈਕ ਕੀਤਾ ਉਹਦਾ ਮਕਸਦ ਸਿਰਫ ਇਹ ਹੈ ਵੀ ਪੰਜਾਬ ਪੁਲਿਸ ਦੇ ਮਨੋਬਲ ਨੂੰ ਤੋੜਨਾ ਉਹਨਾਂ ਨੂੰ ਡੀਮੋਰਲਾਈਜ਼ ਕਰਨਾ ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਹੁਣ ਮੌਜੂਦਾ ਸਰਕਾਰ ਨੇ ਕੋਈ ਲਿਆਜ ਨਹੀਂ ਕਰਨਾ ਪੰਜਾਬ ਪੁਲਿਸ ਨੂੰ ਵੀ ਬੜੀਆਂ ਸਪਸ਼ਟ ਇਨਸਟਰਕਸ਼ਨਸ ਹੈ ਕਿ ਕੋਈ ਵੀ ਐਂਟੀ ਸੋਸ਼ਲ ਐਲੀਮੈਂਟ ਹੈ ਜਿਹੜਾ ਵੀ ਪੰਜਾਬ ਦੇ ਭਾਈਚਾਰੇ ਨੂੰ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦਾ ਹੈ ਉਹਨੂੰ ਬਿਲਕੁਲ ਬਖਸ਼ਿਆ ਨਾ ਜਾਵੇ ਔਰ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਨਾ ਕੋਈ ਰਾਜਨੀਤਿਕ ਪੁਸਤਪਨਾਈ ਮਿਲ ਰਹੀ ਆ ਨਾ ਪੁਲਿਸ ਵੱਲੋਂ ਲਿਹਾਜ਼ ਹੈ ਇਹਦੇ ਇਸ ਕਰਕੇ ਇਹ ਫਰਸਟ੍ਰੇਸ਼ਨ ਚੋਂ ਇਹ ਲੋਕ ਹੁਣ ਇਸ ਤਰ੍ਹਾਂ ਦੀਆਂ ਕਾਇਰਾਨਾ ਹਰਕਤਾਂ ਕਰ ਰਹੇ ਆ ਔਰ ਇਹ ਵੀ ਕੋਈ ਵੱਡੀ ਗੱਲ ਨਹੀਂ ਸਾਡਾ ਜਿਹੜਾ ਬਾਰਡਰ ਪਾਰ ਤੋਂ ਜਿਹੜਾ ਪੰਜਾਬ ਨੂੰ ਡਿਸਟਰਬ ਕਰਨ ਦੀਆਂ ਸਾਜ਼ਿਸ਼ਾਂ ਆ ਉਹ ਹਮੇਸ਼ਾ ਤੋਂ ਹੁੰਦੀਆਂ ਰਹੀਆਂ ਔਰ ਡੀਜੀਪੀ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਅੱਜ 200 ਤੋਂ ਵੱਧ ਜਿਹੜੇ ਡਰੋਨ ਪਿਛਲੇ ਦਿਨਾਂ 'ਚ ਫੜੇ ਆ ਇਸ ਕਰਕੇ ਉਹ ਜਿਹੜਾ ਐਂਟੀ ਪੰਜਾਬ ਫੋਰਸਿਸ ਐਂਟੀ ਨੈਸ਼ਨਲ ਫੋਰਸਿਸ ਹੈ ਉਹਨਾਂ 'ਚ ਵੀ ਇੱਕ ਬਹੁਤ ਵੱਡੀ ਮਤਲਬ ਜਿਹਨੂੰ ਕਹਿ ਲਓ ਵੀ ਡੀਮੋਰਲਾਈਜੇਸ਼ਨ ਹੋਈ ਪਈ ਹੈ ਔਰ ਵਿਰੋਧੀਆਂ ਨੂੰ ਵੀ ਸਾਡਾ ਇਹ ਕਹਿਣਾ ਹੈ ਦੇਖੋ ਪੰਜਾਬ ਪੁਲਿਸ ਨੂੰ ਡੀਮੋਰਲਾਈਜ਼ ਕਰਨ